ਗੁੱਡ ਮਾਰਨਿੰਗ ਟੂ एवरीवन ਹਾਂਜੀ ਬੇਟਾ ਜੀ ਅੱਜ ਆਪਾਂ 3ਰਡ ਟਰਮ ਦਾ ਜਿਹੜਾ ਐਸਐਸਟੀ ਦਾ ਲੈਸਨ ਨੰਬਰ 14 ਸ਼ੁਰੂ ਸ਼ੁਰੂ ਜਿਹੜਾ ਕਰਨ ਜਾ ਰਹੇ ਆਂ ਬੇਟਾ ਪਹਿਲਾਂ ਤੁਸੀਂ ਐ ਕਰੋ ਇਦਾਂ ਤੁਸੀਂ ਐਸਐਸਟੀ ਲਿਖ ਲਓ ਬਾਅਦ ਚ ਤੁਹਾਨੂੰ ਕੋਈ ਕਨਫਿਊਜ਼ਨ ਨਹੀਂ ਹੋਏਗੀ ਠੀਕ ਹੈ ਲੈਸਨ ਨੰਬਰ 14 ਜਿਹੜਾ ਐਸਐਸਟੀ ਦਾ ਹੈ ਤੇ ਇਹ ਕਿਹੜਾ 3ਰਡ ਟਰਮ ਦਾ ਕੰਮ ਹੈਗਾ ਠੀਕ ਹੈ ਪਹਿਲਾਂ ਆਪਾਂ ਲੈਸਨ ਰੀਡ ਕਰਾਂਗੇ ਫਿਰ ਇਹਦਾ ਬਾਕੀ ਦਾ ਕੰਮ ਜਿਹੜਾ ਉਹ ਕਰਾਂਗੇ ਲੈਸਨ ਨੰਬਰ 14 ਹਾਊਸਸ ਵੀ ਲੀਵ ਇਨ ਠੀਕ ਹੈ ਇਹ ਨਾਮ ਹੈਗਾ ਇਹਦਾ ਇੱਥੋਂ ਅਸੀਂ ਰਾਈਟ ਕਰਾਂਗੇ ਧਿਆਨ ਦੇ ਨਾਲ ਤੁਸੀਂ ਕਰਨਾ ਹੈ ਜਿਸ ਤਰ੍ਹਾਂ ਵੀ ਆਲ ਨੀਡ ਆ ਹਾਊਸ ਟੂ ਲਿਵ ਇਨ ਸਾਨੂੰ ਸਾਰਿਆਂ ਨੂੰ ਰਹਿਣ ਵਾਸਤੇ ਕਿਹਦੀ ਲੋੜ ਹੁੰਦੀ ਹੈ ਘਰ ਦੀ ਦਾ ਹਾਊਸ ਵੇਅਰ ਵੀ ਲਿਵ ਵਿਦ ਆਵਰ ਫੈਮਿਲੀ ਇਜ਼ ਆਵਰ ਹੋਮ ਜਿਸ ਘਰ ਵਿੱਚ ਅਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਹਾਂ ਉਹਨੂੰ ਅਸੀਂ ਘਰ ਕਹਿੰਦੇ ਹਾਂ ਠੀਕ ਹੈ ਦਾ ਹਾਊਸ ਪ੍ਰੋਟੈਕਟਸ ਅਸ ਫਰੋਮ ਹੀਟ ਕੋਲਡ ਰੇਨ ਐਂਡ ਵਾਈਂਡ ਘਰ ਸਾਨੂੰ קר ਤੋਂ ਬਚਾਉਂਦੇ ਆ ਗਰਮੀ ਤੋਂ ਸਰਦੀ ਤੋਂ ਵਰਖਾ ਤੋਂ ਅਤੇ ਹਨੇਰੀ ਤੋਂ ਇਟ ਆਲਸੋ ਪ੍ਰੋਟੈਕਟਸ ਅਸ ਫਰੋਮ ਵਾਈਲਡ ਐਨੀਮਲਸ ਐਂਡ ਥੀਵਸ ਇਹ ਸਾਨੂੰ ਕੱਤੋਂ ਸੁਰੱਖਿਅਤ ਰੱਖਦੇ ਆ ਜੰਗਲੀ ਜਾਨਵਰਾਂ ਤੋਂ ਤੇ ਚੋਰਾਂ ਤੋਂ ਠੀਕ ਹੈ ਘਰ ਚ ਅਸੀਂ ਸੇਫ ਰਹਿੰਦੇ ਆ ਠੀਕ ਹੈ ਟਾਈਪਸ ਆਫ ਹਾਊਸਸ ਇਹ ਹਾਊਸ ਜਿਹੜੇ ਘਰ ਕਿੰਨੇ ਟਾਈਪ ਦੇ ਹੁੰਦੇ ਆ ਉਹ ਤੁਹਾਨੂੰ ਮੈਂ ਦੱਸਾਂਗੀ ਪੀਪਲ ਲਿਵ ਇਨ ਡਿਫਰੈਂਟ ਟਾਈਪਸ ਆਫ ਹਾਊਸਿਸ ਜਿਹੜੇ ਲੋਕ ਆ ਉਹ ਵੱਖ ਵੱਖ ਘਰਾਂ ਦੇ ਵਿੱਚ ਟਾਈਪ ਦੇ ਘਰਾਂ ਵਿੱਚ ਰਹਿੰਦੇ ਆ ਸਮ ਹਾਊਸਿਸ ਆਰ ਬਿਗ ਸਮ ਆਰ ਸਮਾਲ ਐਂਡ ਸਮ ਆਰ ਵੈਰੀ ਹਾਈ ਕੁਝ ਘਰ ਜਿਹੜੇ ਆ ਬਹੁਤ ਵੱਡੇ ਹੁੰਦੇ ਆ ਕੁਝ ਬਹੁਤ ਛੋਟੇ ਹੁੰਦੇ ਆ ਤੇ ਕੁਝ ਬਹੁਤ ਉੱਚੇ ਹੁੰਦੇ ਆ ਠੀਕ ਹੈ ਹਾਈ ਜਿਹੜੀਆਂ ਬਿਲਡਿੰਗਸ ਹੁੰਦੀਆਂ ਸ਼ਹਿਰਾਂ ਦੇ ਵਿੱਚ ਠੀਕ ਹੈ in cities house are made of bricks cement and steel ਜਿਹੜੇ ਸ਼ਹਿਰਾਂ ਦੇ ਘਰ ਹੁੰਦੇ ਉਹ ਕਾਦੇ ਬਣੇ ਹੁੰਦੇ ਆ ਬ੍ਰਿਕਸ ਇੱਟਾਂ ਦੇ ਸੀਮੈਂਟ ਐਂਡ ਸਟੀਲ ਦੇ such houses are strong and safe ਇਹ ਘਰ ਬਿਲਕੁਲ ਜਿਹੜੇ ਆ ਉਹ ਸਟਰੋਂਗ ਸਟਰੋਂਗ ਹੁੰਦੇ ਆ ਤੇ ਸੇਫ ਹੁੰਦੇ ਆ ਠੀਕ ਹੈ ਮਜ਼ਬੂਤ ਹੁੰਦੇ ਆ ਬੱਚੇ ਸੀਮੈਂਟ ਦੇ ਨਾਲ ਬਣੇ ਹੁੰਦੇ ਆ ਮਜ਼ਬੂਤ ਹੁੰਦੇ ਆ ਤੇ ਇਹਨਾਂ ਚ ਅਸੀਂ ਸੇਫ ਰਹਿੰਦੇ ਆ ਦੀਜ ਹਾਊਸਿਸ ਆਰ ਕਾਲਡ ਪੱਕਾ ਹਾਊਸਿਸ ਇਹਨਾਂ ਨੂੰ ਅਸੀਂ ਕਿ ਕਿਹੜੇ ਘਰ ਬੁਲਾਉਨੇ ਕਈ ਕਹਿੰਦੇ ਇਹਨਾਂ ਨੂੰ ਪੱਕੇ ਹਾਊਸ ਠੀਕ ਹੈ ਪੱਕੇ ਘਰ ਕਹਿ ਦਿੰਨੇ ਜਿਨ੍ਹਾਂ ਨੂੰ ਅਸੀਂ ਇਨ ਵਿਲਜ ਮੋਸਟ ਹਾਊਸਿਸ ਆਰ ਮੇਡ ਆਫ ਮਡ ਲੀਵਸ ਐਂਡ ਬੈਂਬੂ ਜਿਹੜੇ ਪਿੰਡਾਂ ਦੇ ਘਰ ਹੁੰਦੇ ਉਹ ਕਾਦੇ ਬਣੇ ਹੁੰਦੇ ਆ ਮਰਡ ਚਿੱਕੜ ਲੀਫਸ ਪੱਤੇ ਐਂਡ ਬੈਂਬੂ ਵਾਂਸ ਦੇ ਠੀਕ ਹੈ ਹੁਣ ਤੇ ਨਹੀਂ ਜਵਾਨਾ ਰਹਿ ਗਿਆ ਬੱਚੇ ਪਹਿਲਾਂ ਬਣੇ ਹੁੰਦੇ ਸੀ ਕੱਚੇ ਹਾਊਸ ਜਿਹੜੇ ਚਿੱਕੜ ਦੇ ਨਾਲ ਮਿੱਟੀ ਦੇ ਨਾਲ ਬਣਾਏ ਜਾਂਦੇ ਸੀ ਪੱਤੇ ਵਗੈਰਾ ਪਾ ਦਿੱਤੇ ਜਾਂਦੇ ਸੀ ਵਾਂਸ ਉੱਪਰ ਜਿੱਤਾ ਹੁਣ ਤੇ ਲੈਂਟਰ ਵਗੈਰਾ ਆ ਗਏ ਨਾ ਪਹਿਲਾਂ ਪਾਉਂਦੇ ਸੀ ਸੱਚ ਹਾਊਸਸ ਆਰ ਨਾਟ ਸਟਰੋਂਗ ਇਹ ਜਿਹੜੇ ਘਰ ਆ ਇਹ ਮਜ਼ਬੂਤ ਨਹੀਂ ਸੀ ਹੁੰਦੇ ਦੀਜ਼ ਹਾਊਸਸ ਆਰ ਕਾਲਡ ਕੱਚਾ ਹਾਊਸ ਇਹਨਾਂ ਨੂੰ ਅਸੀਂ ਕੱਚੇ ਘਰ ਜਿਹੜੇ ਬਣਾਉਂਦੇ ਸੀ ਆ ਕੀ ਏ ਇਹ ਕੀ ਹੈ ਪੱਕਾ ਹਾਊਸ ਹੈ ਆ ਇਹ ਸਟਰੋਂਗ ਹੈ ਆ ਇਹ ਵੀ ਜਿਹੜੇ ਹਾਈ ਉਹਨਾਂ ਕਿਹਾ ਸੀ ਬਿਲਡਿੰਗਸ ਹੈਗੀਆਂ ਇਹ ਵੀ ਪੱਕਾ ਹਾਊਸ ਹੈ ਤੇ ਕੱਚਾ ਹਾਊਸ ਹਟ ਜਿੱਦਾਂ ਕੱਚਾ ਹਾਊਸ ਹੈ ਇਹ ਸਟਰੋਂਗ ਨਹੀਂ ਸੀ ਹੁੰਦੇ ਠੀਕ ਹੈ ਇਹਨਾਂ ਤੁਸੀਂ ਸਾਰਾ ਜਿਹੜਾ ਵਾ ਇਹ ਧਿਆਨ ਦੇ ਨਾਲ ਰੀਡ ਕਰਨਾ ਹੈ ਠੀਕ ਹੈ